ਸ਼੍ਰੀਕਾਲ। ਕਰੋਨਾ ਵਾਇਰਸ ਪੂਰੀ ਦੁਨੀਆ ਭਰ ਬਹੁਤ ਤੇਜ਼ੀ ਨਾਲ ਫੈਲ ਰਿਹਾ, ਸਾਡੇ ਮੁਲਕ ਵਿੱਚ ਵੀ ਆ ਗਿਆ। ਇਹ ਤੋਂ ਬਚਣ ਦਾ ਬਸ ਇੱਕ ਹੀ ਤਰੀਕਾ, ਇਹ ਤੋਂ ਆਪਾਂ ਦੂਰ ਰਹੀਏ, ਆਪਣੇ ਆਪ ਨੂੰ ਆਈਸੋਲੇਟ ਕਰੀਏ। ਜੋ ਕੱਲ੍ਹ ਆਪਾਂ ਜਨਤਾ ਕਰਫਿਊ ਲਾ ਕੇ ਕੀਤਾ, ਬਹੁਤ ਅੱਛਾ ਲੱਗਿਆ। ਲੇਕਿਨ 5 ਵਜੇ ਤੋਂ ਬਾਅਦ ਕੁਛ ਬੇਵਕੂਫਾਂ ਨੇ ਜਾ ਕੇ ਇਹਦਾ ਜਸ਼ਨ ਮਨਾਇਆ, ਜੋ ਬਹੁਤ ਗਲਤ ਹੈ। ਆਪਾਂ ਨੂੰ ਭੀੜ ਨਹੀਂ ਇਕੱਠੀ ਕਰਨੀ, ਆਪਾਂ ਨੂੰ ਭੀੜ ਤੋਂ ਦੂਰ ਰਹਿਣਾ। ਆਪਾਂ ਨੂੰ ਆਪਣੇ ਬਾਰੇ ਸੋਚਣਾ, ਕਿਉਂ ਆਪਾਂ ਆਪਣੇ ਆਪ ਦੇ ਬਾਰੇ ਕਿਉਂ ਨਹੀਂ ਸੋਚਦੇ? ਅਗਰ ਆਪ ਖੁਦ ਤੰਦਰੁਸਤ ਹੋ ਤਾਂ ਪੂਰਾ ਪਰਿਵਾਰ ਤੰਦਰੁਸਤ ਰਹੇਗਾ, ਇਹ ਬਿਮਾਰੀ ਤੋਂ ਦੂਰ ਰਹੇਗਾ। ਖਾਸ ਤੌਰ ਬੱਚੇ ਅਤੇ ਬਜ਼ੁਰਗ, ਬਜ਼ੁਰਗਾਂ ਲਈ ਇਹ ਬਹੁਤ ਹੀ ਖਤਰਨਾਕ ਬਿਮਾਰੀ ਹੈ। ਤਾਂ ਸਾਰਿਆਂ ਨੂੰ ਬਚਾਉਣ ਦਾ ਬਸ ਇਹੀ ਕੀ ਤਰੀਕਾ ਹੈ ਕਿ ਹਰ ਬੰਦਾ ਆਪਣੇ ਆਪ ਨੂੰ ਆਈਸੋਲੇਟ ਕਰੇ, ਆਪਣੇ ਆਪ ਨੂੰ ਤੰਦਰੁਸਤ ਰੱਖੇ। ਦੂਜੀ ਗੱਲ ਇਹ ਕਿ ਘਰ ਰਹਿ ਕੇ ਵੀ, ਇਹ ਨਹੀਂ ਕਿ ਆਪਾਂ ਘਰ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਬੁਲਾ ਕੇ ਜਸ਼ਨ ਮਨਾਈਏ, ਕਿ ਉਹਦੇ 'ਚ ਵੀ ਡਰ ਹੈ ਕਿ ਪਤਾ ਨਹੀਂ ਕਿਸ ਇੱਕ ਬੰਦੇ ਨੂੰ ਇਹ ਬਿਮਾਰੀ ਹੋਵੇ। ਤਾਂ ਇਹਦੇ ਨਾਲ ਆਪਾਂ ਇੱਦਾਂ ਨਹੀਂ ਲੜ ਸਕਦੇ। ਇਹਦੇ ਨਾਲ ਲੜਨ ਦਾ ਬਸ ਇੱਕ ਹੀ ਤਰੀਕਾ ਹੈ ਕਿ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਆਪ ਨੂੰ ਆਈਸੋਲੇਟ ਕਰੋ। ਡਾਕਟਰਸ ਇਸ ਬਿਮਾਰੀ ਨਾਲ ਲੜ ਰਹੇ ਹਨ, ਬਹੁਤ ਜਲਦ ਇਹਦਾ ਇਲਾਜ ਵੀ ਆਊਗਾ, ਲੇਕਿਨ ਤਦ ਤੱਕ ਲਈ ਆਪਾਂ ਸਾਰਿਆਂ ਨੂੰ ਸਮਝਦਾਰੀ ਨਾਲ ਇਸ ਬਿਮਾਰੀ ਤੋਂ ਬਚਣਾ, ਆਪਣੇ ਆਪ ਨੂੰ ਆਈਸੋਲੇਟ ਕਰਕੇ। ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਨਹੀਂ ਬਚਾਓਗੇ ਤਾਂ ਪੂਰਾ ਟੱਬਰ ਕਿੱਦਾਂ ਬਚੂਗਾ?